ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਲਈ ਤਾਂ ਜਿਵੇਂ ਇਹ ਸਾਲ ਭਾਰਾ ਹੀ ਬਣ ਚੁੱਕਿਆ। ਇੱਕ ਤੋਂ ਬਾਅਦ ਇੱਕ ਵਿਦੇਸ਼ਾਂ ਤੋਂ ਪੰਜਾਬੀਆਂ ਦੀ ਮੌਤ ਦੀ ਖਬਰ ਆ ਰਹੀ ਹੈ। ਹੁਣ ਕੈਨੇਡਾ ਦੇ ਵਿੱਚ ਗੜਸ਼ੰਕਰ ਦੇ ਪਿੰਡ ਮਹਿਤਾਬਪੁਰ ਦੇ ਕੁਲਵੀਰ ਸਿੰਘ ਸਿੱਧੂ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਸਿੱਧੂ ਦੀ ਕਾਰ ਹਾਦਸੇ 'ਚ ਜ਼ਿੰਦਾ ਚਲਣ ਦੇ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਜਦੋਂ ਕੁਲਵੀਰ ਸਿੰਘ ਸਿੱਧੂ ਆਪਣੀ ਪਤਨੀ ਨੂੰ ਨਾਲ ਲੈ ਕੇ ਆਪਣੀ ਬੇਟੀ ਨੂੰ ਯੂਨੀਵਰਸਿਟੀ ਛੱਡ ਕੇ ਵਾਪਿਸ ਆ ਰਹੇ ਸੀ ਤਾਂ ਗਲਤ ਸਾਈਡ ਤੋਂ ਆ ਰਹੇ ਕੈਨੇਡਾ ਦੇ ਦੋ ਵਿਅਕਤੀਆਂ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਦੇ ਕਾਰਨ ਕਾਰ ਅੱਗ ਦੀ ਚਪੇਟ ਵਿੱਚ ਆ ਗਈ ਅਤੇ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਤ ਦੀ ਖਬਰ ਸੁਣ ਕੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਹੈ। ਮੇਰਾ ਭਰਾ ਕੁਲਵੀਰ ਸਿੰਘ ਇੰਜੀਨੀਅਰ, ਜੋ ਕਿ ਪਿਛਲੇ 19 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਸੀ, ਆਪਣੀ ਲੜਕੀ ਨੂੰ ਯੂਨੀਵਰਸਿਟੀ ਛੱਡ ਕੇ ਵਾਪਸ ਆ ਰਹੇ ਸੀ ਅਤੇ ਕੋਈ ਰੋਂਗ ਸਾਈਡ ਤੋਂ ਗੱਡੀ ਵੱਜੀ ਅਤੇ ਇੰਨਾ ਜ਼ਬਰਦਸਤ ਐਕਸੀਡੈਂਟ ਹੋਇਆ ਕਿ ਉਹਦੇ ਅੱਗ ਲੱਗ ਗਈ ਕਾਰ ਨੂੰ, ਅਤੇ ਉਹਦੇ ਵਿੱਚ ਮੇਰੀ ਭਰਜਾਈ ਵੀ ਨਾਲੇ ਸਫ਼ਰ ਕਰ ਰਹੀ ਸੀ, ਦੋਨਾਂ ਦੀ ਉੱਥੇ ਅਚਾਨਕ ਮੌਤ ਹੋ ਗਈ ਹੈ। ਇਸ ਦੁਖਦ ਖਬਰ ਦਾ ਸਾਨੂੰ ਪਤਾ ਲੱਗਿਆ ਅਤੇ ਜੋ ਕਿ ਬਹੁਤ ਹੀ ਸਾਡੇ ਪਰਿਵਾਰ ਨੂੰ ਸਦਮਾ ਲੱਗਿਆ, ਕਿਉਂਕਿ ਉਹਨਾਂ ਦੇ ਜਿਹੜੇ ਬੱਚੇ ਆਏ ਉੱਥੇ ਉਹਨਾਂ ਨੂੰ ਹੋਰ ਕੋਈ ਦੇਖਣ ਵਾਲਾ ਵੀ ਨਹੀਂ ਹੈਗਾ। ਅਤੇ ਇਸ ਸੰਬੰਧ ਵਿੱਚ ਮੰਮੀ ਪਾਪਾ ਮੇਰੇ ਗਏ ਉੱਥੇ ਅੰਤਿਮ ਰਸਮਾਂ ਦੇ ਲਈ, ਅਤੇ ਡੈੱਡ ਬੋਡੀ ਦੀ ਪਛਾਣ ਅਜੇ ਤੱਕ ਪਛਾਣ ਨਹੀਂ ਹੋਈ, ਅਤੇ ਉੱਥੋਂ ਦੀ ਜਿਹੜੀ ਹੈਗੀ ਪੁਲਿਸ ਉਹ ਕਰ ਰਹੀ ਹੈ ਜੀ ਪਛਾਣ, ਜਦੋਂ ਪਛਾਣ ਹੋ ਜਾਏਗੀ ਬੋਡੀ ਆਈਡੈਂਟੀਫਾਈ ਹੋਏਗੀ ਅਤੇ ਉਹਦੇ ਨਾਲ ਜਿਹੜਾ ਹੈਗਾ ਫਿਰ ਬੋਡੀ ਹੈਂਡ ਓਵਰ ਕਰਨ ਤੋਂ ਬਾਅਦ ਅਸੀਂ ਫਿਰ ਕਰਮੇਸ਼ਨ ਕਰਾਂਗੇ, ਰਜਿਸਟਰੇਸ਼ਨ ਕਰਾਵਾਂਗੇ ਉਹਦੀ। ਪਰਿਵਾਰ ਮੁਤਾਬਿਕ ਕੁਲਵੀਰ ਸਿੰਘ ਨੇ ਦਸੰਬਰ 'ਚ ਭਾਰਤ ਆਉਣਾ ਸੀ, ਪਰ ਹੁਣ ਉਹਨਾਂ ਨੇ ਤਾਂ ਕੀ ਆਉਣਾ ਸੀ, ਉਹਨਾਂ ਦੀ ਮੌਤ ਦੀ ਖਬਰ ਹੀ ਘਰ ਪਹੁੰਚ ਚੁੱਕੀ ਹੈ, ਜਿਸ ਨੇ ਪਰਿਵਾਰ ਨੂੰ ਹਲੂਣ ਕੇ ਰੱਖ ਦਿੱਤਾ। ਗੜਸ਼ੰਕਰ ਤੋਂ ਸੰਜੀਵ ਕੁਮਾਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।